ਤੇ ਮੈਨੂੰ ਮਾਰਦੇ ਕੁੱਟਦੇ ਆ ਦੋ ਤਿੰਨ ਦਿਨ ਘਰ ਵਾਲਾ ਮਾਰਦਾ ਸਾਰੇ ਹੀ ਜੀ ਦੋ ਤਿੰਨ ਦਿਨਾਂ ਤੋਂ ਇੱਥੇ ਆਨੀ ਪਈ ਆ ਮੇਰੀ ਕੋਈ ਸੁਣਵਾਈ ਨਹੀਂ ਆਉਂਦੀ ਉਲਟੋ ਆਇਆ ਤੇ ਚੱਲ ਗਿਆ ਇੱਥੋਂ ਸੱਟਾਂ ਬੈਟਾਂ ਨਾਲ ਕੁੱਟਿਆ ਸੀ ਇਹਨਾਂ ਨੇ ਘਰ ਵਾਲੇ ਨੇ ਸੱਸ ਹੋਏ ਸਾਰੇ ਹੀ ਸ਼ਾਮਿਲ सत जन्मां दा साथ निभाउण वाले पति पत्नी दे रिश्ते विच अक्सर छोटी जी गल नूं लैके कहासुणी हो जांदी है अते किसे वेले ये छोटे छोटे झगड़े इस कदर वध जांदे हन कि थाने कचहरियां तक पुज जांदे हन। अजिहा ही एक मामला अमृतसर दे मजिठा रोड तों सामने आया है जिथे कि एक लड़की वलों अपने पति नूं देर नाल घर आउण दा कारण पुछण ते उस दे पति वलों उस नाल बुरी तरह नाल कुटमार कीती गई अते उस नूं गंभीर रूप विच जख्मी कर दिता, जिस तो बाद पीड़ित लड़की ने अमृतसर के थाना सदर विच पहुंच के इंसाफ की मांग की है। मैं इतने संधु कलोनी भी आई हाँ तो मैं मारते कुटते हैं दो तीन दिन घर वाला मारता सारे ही जी। दो तीन दिन तो इतने आनी पी हाँ मेरी कोई सुनवाई नहीं आती उल्टो आया तो चल गया इतों पुलिस कोई कार्रवाई नहीं करती पी ਸੱਟਾਂ ਬੈਟਾਂ ਨਾਲ ਕੁੱਟਿਆ ਸੀ ਇਹਨਾਂ ਨੇ ਘਰ ਵਾਲੇ ਨੇ ਸੱਸ ਹੋਏ ਸਾਰੇ ਹੀ ਸ਼ਾਮਿਲ ਤੇ ਕਾਰਨ ਕੀ ਆ ਕਿਉਂ ਮਾਰਦੇ ਕਾਰਨ ਲੇਟ ਆਂਦਾ ਰਾਤ ਨੂੰ ਸ਼ਰਾਬ ਪੀਂਦਾ ਹੈ ਨਸ਼ੇ ਕਰਦਾ ਹੈ ਤੇ ਮੈਂ ਪੁੱਛਾਂ ਤੇ ਕਹਿੰਦੇ ਮੈਨੂੰ ਪੁੱਛਦੀ ਹੈ ਐਸ
ਕਰਦੇ ਰਹੇ ਆ ਹੁਣ ਬੱਚੇ ਕਿੱਡੇ ਕਿੱਡੇ ਆ ਤੇ ਤੁਹਾਡੇ ਕੋਲ ਨਹੀਂ ਬੱਚੇ ਮੇਰੇ ਖੋਲੇ ਉਹਨਾਂ ਨੇ ਅੱਛਾ ਬੱਚੇ ਮੇਰੇ ਇੱਕ 12 ਸਾਲ ਦਾ ਇੱਕ 8 ਸਾਲ ਦਾ ਜੀ ਦੋਵੇਂ ਬੇਟੇ ਆ ਦੋਨੇ ਬੇਟੇ ਆ ਤੇ ਮਿਲਣ ਨਹੀਂ ਦਿੰਦੇ ਮਿਲਣ ਨਹੀਂ ਦਿੰਦੇ ਮੈਨੂੰ ਕਿੰਨੇ ਦਿਨ ਹੋ ਗਏ 3-4 ਦਿਨ ਹੋ ਗਏ ਉਹਨਾਂ ਕੋਈ ਬੱਚੇ ਅੱਜ ਵੀ ਮੈਂ ਕਿਹਾ ਸੀ ਮੈਨੂੰ ਮੇਰੇ ਬੱਚੇ ਦੇ ਦਿਓ ਪਰ ਮੇਰੇ ਬੱਚੇ ਨਹੀਂ ਦਿਵਾਏ ਇਹਨਾਂ ਨੇ ਤਾਂ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕੁਛ ਵੀ ਨਹੀਂ ਕਹਿੰਦੀ ਕੋਈ ਬਸ ਉਹ ਕਹਿੰਦੇ ਮੁੰਡਾ ਭੱਜ ਗਿਆ ਇੱਥੋਂ ਅੱਗੋਂ ਧਮਕੀਆਂ ਲਾ ਕੇ ਗਿਆ ਮੈਂ ਮਰਨ ਚੱਲਾਂ ਮੈਂ ਪੁਲਿਸ ਨੇ ਮਾਮਲਾ ਦਰਜ ਕੀਤਾ ਕੋਈ ਹਾਂਜੀ ਕੀਤਾ ਤੇ ਹੈਗਾ ਵਾ ਨਹੀਂ ਕੀਤਾ ਹਾਂਜੀ ਨਹੀਂ ਕੀਤਾ ਉਹਨਾਂ ਨੇ ਕੀ ਕਰਦੇ ਜੀ ਮੰਗ ਮੈਨੂੰ ਇਨਸਾਫ ਚਾਹੀਦਾ ਕਿਸ ਤਰੀਕੇ ਦਾ ਇਨਸਾਫ ਮੰਗਦੇ ਜਿਹੜੇ ਮੈਨੂੰ ਮਾਰਦੇ ਕੁੱਟਦੇ ਆ ਕੀ ਹੋਣਾ ਚਾਹੀਦਾ ਮੈਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਨੇ ਮੇਰੇ ਸੱਟਾਂ ਲਾਈਆਂ ਨਾ ਇਸ ਤਰ੍ਹਾਂ ਹੀ ਉਹਦੇ ਨਾਲ ਹੋਣਾ ਚਾਹੀਦਾ ਠੀਕ ਮਨੀ ਜੀ ਕੀ ਮਾਮਲਾ ਹੈ ਦੇਰ ਰਾਤ ਸਦਰ ਥਾਣੇ ਪਹੁੰਚੇ ਜੇ ਤੇ ਕੀ ਪੂਰਾ ਮਾਮਲਾ ਜੈ ਭੀਮ ਜੈ ਸੁਲਤਾਨ ਸਾਰੇ ਸਮਾਜ ਦੇ ਇਸਤਾਂ ਨੂੰ ਨਮਨ ਮਾਮਲਾ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਿੱਥੇ ਵੱਡੀਆਂ ਜੰਗਾਂ ਸਾਡੇ ਗੁਰੂਆਂ ਪੀਰਾਂ ਨੇ ਲੜੀਆਂ ਧੀਆਂ ਨੂੰ ਇਨਸਾਫ ਦਿਵਾਉਣ ਲਈ ਲੇਕਿਨ ਅੱਜ ਥਾਣਿਆਂ ਦੇ ਵਿੱਚ ਇੰਨੀ ਕੁ ਨੈਗਲੀਜੈਂਸੀ ਹੈਗੀ ਆ ਕਿ ਪਿਛਲੇ 3 ਦਿਨਾਂ ਤੋਂ ਇਸੇ ਥਾਣੇ 'ਚ ਆ ਰਹੀ ਹੈ ਲੇਕਿਨ ਇਹਦਾ ਇਨਸਾਫ ਨਹੀਂ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਦਿਖ ਰਿਹਾ ਹੈ ਕਿ ਧੀ ਦੀ ਕਿੰਨੀ ਬਹਿਰਾਮੀ ਨਾਲ ਕੁੱਟਮਾਰ ਕੀਤੀ ਇਹ ਪਹਿਲੀ ਵਾਰ ਨਹੀਂ ਹੋਈ ਇਹ ਦੂਸਰੀ ਵਾਰ ਹੈਗੀ ਪਹਿਲਾਂ ਵੀ ਇੱਕ ਪਰਚਾ ਦਰਜ ਹੋਇਆ ਜਿਹਦੇ 'ਚ ਲੱਤਾਂ ਤੋੜੀਆਂ ਗਈਆਂ ਕੁੜੀ ਦੀਆਂ ਉਸ ਤੋਂ ਇੰਨੇ ਵੱਡੇ ਲੈਵਲ ਦਾ ਟੋਰਚਰ ਕੀਤਾ ਜਾਂਦਾ ਜਦੋਂ ਇਹਦੀ ਕੁੱਟਮਾਰ ਕੀਤੀ ਜਾਂਦੀ ਇਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਕੋਈ ਕਮਿਊਨੀਕੇਸ਼ਨ ਡਿਵਾਈਸ ਨਹੀਂ ਰੁਕਾਉਂਦੀ ਕਿ ਫੋਨ ਵੀ ਕਰ ਸਕੇ ਉਹ ਅਤੇ ਇੰਨੀ ਕੁ ਬਹਿਰਾਮੀ ਨਾਲ ਕੁੱਟਿਆ ਜਦੋਂ 2-3 ਦਿਨ ਇੱਥੇ ਆਉਂਦੇ ਆ ਅਤੇ ਉਹ ਜਿਹੜਾ ਇਹਨਾਂ ਦਾ ਘਰ ਵਾਲਾ ਵੀ ਆਉਂਦਾ ਆ ਅਤੇ ਅੱਜ ਉਹਨੂੰ ਜ਼ਬਰਦਸਤੀ ਉਹਨੂੰ ਮੰਗਵਾਇਆ ਗਿਆ ਕਿ ਉਹਨੂੰ ਬੁਲਵਾਓ ਤਾਂ ਸਹੀ ਜਿਹਨੇ ਕੁੱਟਮਾਰ ਕੀਤੀ ਆ ਜਦੋਂ ਬੁਲਾਇਆ ਗਿਆ ਤਾਂ ਉਹ ਇੱਥੋਂ ਭੱਜ ਕੇ ਚਲੇ ਗਿਆ ਅਤੇ ਕਹਿੰਦਾ ਜੀ ਮੈਂ ਕੁਛ ਰੇਲਵੇ ਟਰੈਕ ਥੱਲੇ ਆਣ ਕੇ ਮਰ ਜਾਣਾ ਜਾਂ ਮੈਂ ਕੁਛ ਕਰਕੇ ਮਰ ਜਾਣਾ ਕਿ ਜੇ ਤੂੰ ਮੇਰੇ ਖਿਲਾਫ਼ ਕਾਰਵਾਈ ਕੀਤੀ ਲੇਕਿਨ ਪੰਜਾਬ ਦੇ ਵਿੱਚ ਇਹੀ ਕੁ ਵਾਰਦਾਤਾਂ ਜਿਹੜੀਆਂ ਵੱਧ ਗਈਆਂ ਇਹੀ ਮਸਲੇ ਚੁੱਕ ਕੇ ਇੱਥੇ ਆਏ ਸਾਂ ਅਤੇ ਇੰਚਾਰਜ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਗੱਲ ਕਿਸੇ ਬੰਨੇ ਢੁੱਕਦੀ ਨਜ਼ਰ ਨਹੀਂ ਆ ਰਹੀ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਿਸੇ ਮੰਤਰੀ ਸੰਤਰੀ ਤੰਤਰੀ ਦੇ ਦਬਾਅ ਹੇਠ ਹੈਗਾ ਜਾਂ ਕਿਤੇ ਨਾ ਕਿਤੇ ਪੈਸੇ ਦੇ ਦਬਾਅ ਹੇਠ ਹੋਊਗਾ ਹਜੇ ਉਹ ਚੀਜ਼ ਕਲੈਰੀਫਾਈਡ ਨਹੀਂ ਹੋਈ ਜੇ ਕਲੈਰੀਫਾਈਡ ਹੋਏਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਧੀ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ ਲੇਕਿਨ ਅਸਾਂ ਇਸ ਧੀ ਦੇ ਨਾਲ ਹੈਗੇ ਹਾਂ ਜਿਹੜੇ ਲੋਕ ਸਮਝਦੇ ਆ ਕਿ ਧੀਆਂ ਪੈਰਾਂ ਦੀਆਂ ਜੁੱਤੀਆਂ ਉਹ ਸਮਝ ਲੈਣ ਕਿ ਧੀਆਂ ਸਿਰ ਦਾ ਤਾਜ ਹੈਗੀਆਂ ਜਿੰਨੀ ਦੇਰ ਤੱਕ ਮਨੀ ਗਿੱਲ ਇੱਥੇ ਮੌਜੂਦ ਹੈਗਾ ਉਨੀ ਦੇਰ ਤੱਕ ਧੀਆਂ ਸਿਰ ਦਾ ਤਾਜ ਆ ਸਾਡੀਆਂ ਧੀਆਂ ਨੇ ਅਸੀਂ ਇਹਨਾਂ ਲਈ ਦਿਨ ਰਾਤ ਲੜਾਂਗੇ ਦਿਨ ਰਾਤ ਇਹਨਾਂ ਨੂੰ ਇਹਨਾਂ ਦੀ ਬਣਦੀ ਇੱਜ਼ਤ ਦੀ ਦਵਾਵਾਂਗੇ ਇਹਨਾਂ ਦੇ ਹੱਕ ਹੀ ਦਵਾਵਾਂਗੇ ਅਤੇ ਇੱਦਾਂ ਦੀ ਐਟਰੋਸਿਟੀਜ਼ ਨਹੀਂ ਹੋਣ ਦਿੱਤੀਆਂ ਜਾਣਗੀਆਂ ਅੰਮ੍ਰਿਤਸਰ ਵਿੱਚ ਤਰੀਕੇ ਨਾਲ ਮਨੀ ਜੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿਸ ਤਰੀਕੇ ਤੁਸੀਂ ਉਹਨਾਂ ਦਾ ਇਨਸਾਫ ਦਿਵਾਉਣ ਲਈ ਕੀ ਕੀ ਮਦਦ ਕਰੋਗੇ ਦੇਖੋ ਜੀ ਆਪਾਂ ਤਾਂ ਗੱਲ ਕੀਤੀ ਸੀ ਕਿ ਆਣ ਕੇ ਬੈਠੋ ਹੋਇਆ ਕੀ ਆ ਰੀਜ਼ਨ ਤਾਂ ਦੱਸੋ ਲੇਕਿਨ ਰੀਜ਼ਨ ਹੀ ਨਹੀਂ ਪਤਾ ਲੱਗ ਰਿਹਾ ਬਸ ਇੰਨੀ ਕੁ ਗੱਲ ਹੋਈ ਹੈ ਕਿ ਭੈਣ ਨੇ ਆਪਣੇ ਘਰ ਵਾਲੇ ਨੂੰ ਪੁੱਛ ਲਿਆ ਕਿ ਤੂੰ ਰਾਤੀ 1-1 ਵਜੇ ਕਿਉਂ ਆਉਂਦਾ
वो हर कोई बीवी पुछदी अपने मर्द को, इन्हें कोई वखरा नहीं पुछया। तो इस पुछन के उत्ते इन्ना वड्डा एक्शन चुक लेना जा इस तरह का रिएक्शन करके दिखाना कि उरी बांह तोड़ देनी कभी लत्तां तोड़ देनियाँ। लेकिन पुलिस ने भी गल की, पुलिस कहिंदे आ कोई गल नहीं भैन तैनू ते तेरे घर वाले बुला के सैर पर बिठा देंगे। यार उरे माँ प्यो गए आ घर, उल्ट पुलिस की कहती आ कि इहदे माँ प्यो सवेरे उन्हां दे घरे पे आ, जिहड़े धी नूं 5 बजे तक बन्न के रख्या तो माँ प्यो छुड़ा ना जाणगे। माँ प्यो की देखण कि घर चों लाश ही निकले धी दी। ये चीज़ा जिहड़ियां हैगियां किते ना किते इंसानियत ना जुड़ियां हैगियां नूं इंसानियत तौर दे उत्ते पुलिस मुलाजम नूं भी चाहीदा कि इहदी मदद करना। जे नहीं कर सकदे ते इत्थे तरने मजारे होणगे, इदां दी कोई चक्कर नहीं हैगा। जय भीम। हाँ जी सर, एक दरखास्त आई है ज्योति नामक लड़की नूं उहदे घर वाले वल्लों कुटमार कीती गई है, की हुण तक दी कारवाई कीती जा रही? हाँ जी, 24 तरीक नूं हसबैंड वाइफ दा झगड़ा होया सी आपस विच, ते उह साडे कोल दरखास्त आई सी दोवां धिरां दी, ਅਤੇ ਉਹਦੇ ਵਿੱਚ ਜੋਤੀ ਨੂੰ ਵੀ ਕਾਫੀ ਸੱਟਾਂ ਲੱਗੀਆਂ ਅਤੇ ਜੋਤੀ ਨੇ ਇਲਜ਼ਾਮ ਲਾਏ ਸੀ ਵੀ ਮੇਰੇ ਹਸਬੈਂਡ ਨੇ ਮੈਨੂੰ ਕਾਫੀ ਮਾਰਿਆ ਕੁੱਟਿਆ ਹੈ। ਅਤੇ ਉਹਦੇ ਹਸਬੈਂਡ ਨੇ ਇਲਜ਼ਾਮ ਲਾਏ ਸੀ ਉਹਨਾਂ ਦੇ ਵੀ ਉਹਦੇ ਸਾਲੇ ਜਿਹੜੇ ਆ ਉਹਦੇ ਸਾਲੇ ਨੇ ਕਾਫੀ ਕੁੱਟਿਆ ਉਹਦੇ ਫਾਦਰ ਨੂੰ। ਅਤੇ ਉਹਦੇ ਵਿੱਚ ਅਸੀਂ ਦੋਵੇਂ ਧਿਰਾਂ ਸਾਡੇ ਕੋਲ ਆਈਆਂ ਸੀ, ਅਸੀਂ ਡਾਕਟ ਕੱਢ ਕੇ ਦਿੱਤਾ ਸੀ ਅਤੇ ਉਹਨਾਂ ਦੇ ਅੱਗੇ ਜੋ ਵੀ ਰਿਪੋਰਟ ਬਣਦੀ ਆਊਗੀ ਉਹਦੇ 'ਤੇ ਅਸੀਂ ਜੋ ਵੀ ਐਜ਼ ਪਰ ਲਾ ਜੋ ਵੀ ਕਾਰਵਾਈ ਬਣਦੀ ਉਹ ਕਰਦਾ। ਪਰਿਵਾਰ ਦਾ ਕਹਿਣਾ ਵੀ ਪਹਿਲਾਂ ਉਹਨੇ ਦਾਰੂ ਪੀ ਕੇ ਇਹਦੇ ਹੱਥ ਪੈਰ ਤੋੜ ਕੇ ਇਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ, ਜਦ ਉਹਦੇ ਪਰਿਵਾਰ ਬਾਰੇ ਲੈਣ ਆਏ ਉਸ ਦੌਰਾਨ ਉਹ ਝਗੜੇ ਦੇ ਵਿੱਚ ਉਹਦੇ ਫਾਦਰ ਨੂੰ ਸੱਟ ਪਈ? ਉਹ ਅਸੀਂ ਵੈਰੀਫਾਈ ਕਰਾਂਗੇ ਜੀ, ਕਿਉਂਕਿ ਇਹਨਾਂ ਦਾ ਪਹਿਲਾਂ ਵੀ 7 ਸਾਲ ਪਹਿਲਾਂ ਵੀ ਝਗੜਾ ਹੋਇਆ ਸੀ, ਉਦੋਂ ਵੀ ਰਾਜੀਨਾਮਾ ਹੋਇਆ ਇਹਨਾਂ ਦਾ ਆਪਸ ਵਿੱਚ, ਉਹ ਅਸੀਂ ਵੈਰੀਫਾਈ ਕਰਕੇ ਫਿਰ ਜੋ ਵੀ ਅੱਗੇ ਇਨਵੈਸਟੀਗੇਟ ਦੇ ਵਿੱਚ ਆਊਗਾ ਉਹ ਕਰਾਂਗੇ।